ਜਿੱਦ ਕਲਾ ਦਿਓ, ਕੋਈ ਨੀ ਵੇਖਣ। ਹੁਣ ਨਿਆਣੀ ਕਹਿਣ ਡਈ ਫੇਕ ਹੀ ਆ, ਉੱਥੇ ਕਿਹੜਾ ਕੋਈ ਓਪਰਾ ਵਾ, ਆਪਾਂ ਹੀ ਆ ਤੇ ਨਿਆਣਾ ਗੁਰਜੋਤ ਤੇ ਮਨਪ੍ਰੀਤ ਆ, ਫੇਕ ਹੀ ਆ, ਕੋਈ ਨੀ। ਨਹੀਂ ਆਂਟੀ ਜੀ, ਇਦਾਂ ਚੰਗੇ ਨੀ ਲੱਗੀ ਦਾ। ਨਾਲੇ ਇਹਦੇ ਵੀਰਾ ਦਾ ਸੁਭਾਅ ਥੋੜਾ ਜਿਹਾ ਇਦਾਂ ਦਾ ਕੌੜਾ ਵਾ, ਐਵੇਂ ਇਦਾਂ ਕਰ ਰਹੀ ਆ। ਰਿਸ਼ਤੇਦਾਰੀ ਬਣੀ ਹੋਵੇ ਨਾ ਹਜੇ, ਕਿਹੜੀ ਬਣੀ ਆ? ਜਦੋਂ ਬਣੂਗੀ ਤੇ ਉਦੋਂ ਕੋਈ ਨੀ ਘਲਾ ਦਿਆ ਕਰਾਂਗੇ ਇਹਦੀ ਭਾਬੀ ਦੇ ਨਾਲ। ਰਿਸ਼ਤੇਦਾਰੀ ਤੇ ਮੈਂ ਸਗੋਂ ਆਖਣ ਡਈ ਵੀ ਇਹਨਾਂ ਨੂੰ ਵੀ ਬਣਾ ਹੀ ਲਈਏ, ਚੰਗਾ ਹੀ ਲੱਗਾ ਸਾਨੂੰ ਨਹੀਂ, ਸਭ ਕੋਈ ਗੱਲ ਨੀ, ਬਣਾ ਲਓ, ਉਹ ਤੇ ਵਧੀਆ ਗੱਲ ਵਾ। ਅਸੀਂ ਵੀ ਆਹੋ ਤੇ ਬਣਾਉਣ ਨੂੰ ਤੁਹਾਨੂੰ ਹੈ ਨਾ, ਤੁਸੀਂ ਆਏ ਆ। ਨਹੀਂ ਚਲੋ, ਆਪਾਂ ਤੇ ਆਖਿਆ ਮਿਲ ਗਿਲ ਕੇ ਉਹਨੇ ਵੇਖਦੇ ਆ, ਤੇ ਚਲੋ ਆਏ ਆ ਤੇ ਸਾਨੂੰ ਚੰਗਾ ਲੱਗਾ ਨਹੀਂ, ਸਭ ਕੁਝ। ਰਿਸ਼ਤਾ ਵੇਖਣ ਆਏ, ਇਹਨੂੰ ਥੋੜੀ ਲੈਣ ਆਏ ਆਪਣੇ ਘਰ ਵੀ, ਉੱਥੇ ਸਹੇਲੀ ਨੂੰ ਮਿਲਣ ਵਾਸਤੇ, ਇਹਦੇ ਜਾਣ ਕੇ ਹੀ ਸਦੈਣ ਹੈਗੀ। ਨਹੀਂ ਆਂਦੀ ਵੀ ਤੁਹਾਨੂੰ ਜਾਣ ਨੀਗਾ ਦੇਣਾ ਅੱਜ ਵੀ, ਰਾਤ ਰਹੋ ਆਂਟੀ, ਉਹਨਾਂ ਤੁਸੀਂ ਨੂੰ ਰੱਖੋ ਫਿਰ ਭਾਬੀ ਜਿਦੇ ਪਈ। ਆਂਦੀ ਜਾਂ ਤੁਸੀਂ ਰਹੋ, ਅਸੀਂ ਆਖਾਂ ਪੁੱਤ ਵੀਰ ਨਿੱਕਾ ਵਾ, ਘਰ ਡੀਕਦੇ ਹੋਣੇ ਆ, ਮਾਲ ਡੰਗਰ ਵਾ, ਮਨਪ੍ਰੀਤ ਡੀਕਦੀ ਹੋਣੀ, ਤੂੰ ਵੀ ਆ ਜਾ ਸਾਡੇ ਨਾਲ, ਤਾਂ ਉੱਥੇ ਬਹਿ ਕੇ ਗੱਲਾਂ ਪਤਾ ਕਰ ਨਹੀਂ ਲਾਂਗੇ। ਆਪਾਂ ਕੋਈ ਗੱਲ ਨਹੀਂ, ਨਹੀਂ ਆਹੋ ਭਾਬੀ ਸਰਦਾ ਨਹੀਂ ਗਾ, ਸਰਦਾ ਨਹੀਂ ਸਰਦਾ ਹੁੰਦਾ ਤਾਂ ਰਹਿ ਪੈਣਾ ਸੀ, ਫੇਕ ਹੀ ਆ। ਨੂੰ ਨਾਲੇ ਲਿਆਂਦੇ ਹਾਂ ਸਗੋਂ, ਕੋਈ ਨਹੀਂ, ਬਾਬਾ ਕਿਰਪਾ ਫਿਰ ਕਰੇ, ਮਨਪ੍ਰੀਤ ਇਕੱਲੀ ਰਹਿ ਜਾਣੀ, ਬਾਬਾ ਕਿਰਪਾ ਕਰੇ, ਕੋਈ ਨਹੀਂ ਫੇਰ ਆ ਜਾ ਕਰਾਂਗੇ, ਫੇਰ ਸਾਰੇ ਕੰਮ ਮਾਰਾ ਚੰਗੇ ਚੰਗੇ ਕਰੇ ਤੇ ਕੋਈ ਨਹੀਂ ਆ ਜਾਾਂਗੇ। ਇਹ ਵੀ ਨਿਆਣਿਆਂ ਵਾਲੀ ਜਿੱਦ ਜਿਹੜੀ ਇਹਨੇ ਫੜ ਲੈਣੀ ਛੱਡਣੀ ਹੈ। ਮੰਮੀ ਅੱਜ ਤਾਂ ਤੁਸੀਂ ਵੀ ਜਿੱਦ ਕਰਨ ਡਏ ਜੇ, ਸਵੇਰੇ ਮਿਲਣੀ ਉੱਥੇ ਉਹਨੂੰ ਕਾਲਜ, ਚੰਗਾ ਕੋਈ ਗੱਲ ਨਹੀਂ, ਸਵੇਰੇ ਮਨਪ੍ਰੀਤ ਨੂੰ ਮਿਲ। ਆਹੋ ਚੱਲ ਵੇਖ ਲਾ ਪੁੱਤ, ਜਿੱਦਾਂ ਮੰਮੀ ਹੁਣੀ ਆਂਦੇ ਪੁੱਤ, ਇਦਾਂ ਮੰਨ ਲਾ ਪੁੱਤ, ਜਿੱਦਾਂ ਕਹਿੰਦੇ ਉਦਾਂ ਮੰਨਣੀ ਚਾਹੀਦੀ ਆ। ਜਾਂ ਭਾਂਡੇ ਖੜਨ ਅੰਦਰ, ਐਵੇਂ ਨਾ ਸਦਾ ਨਹੀਂ ਕੁੱਟੀਦਾ ਹੀਗਾ। ਆ ਵੀ ਰੱਖ ਜਾ, ਚੱਲੀਏ ਫਿਰ ਹੁਣ। ਆਹੋ ਚੱਲੀਏ ਹੁਣ, ਜਾ ਕੇ ਅਸੀਂ ਮਾਲ ਡੰਗਰ ਵੇਖ ਰਹਿ ਪਉ। ਆਂਟੀ ਤੁਸੀਂ ਅੱਜ ਕਿੰਨਾ ਕਹਿਣ ਡਈ ਮੈਂ ਤੁਹਾਨੂੰ, ਕੋਈ ਨੀ ਪੁੱਤ, ਕੁੜੀ ਕਿੰਨਾ ਕਰਦੀ, ਮੇਰਾ ਪੁੱਤ ਕਿੰਨਾ ਚਾਅ ਕਰਨ ਡਿਆ ਸਾਡਾ, ਕੋਈ ਗੱਲ ਨਹੀਂ ਪੁੱਤ, ਫੇਰ ਆ ਜਾਾਂਗੇ ਆਪਾਂ, ਫੇਰ ਆਵਾਂਗੇ, ਫੇਰ ਆਵਾਂਗੇ। ਕੋਈ ਨੀ ਕੋਈ ਨੀ ਅੰਕਲ ਜੀ, ਤੁਸੀਂ ਰਹਿ ਪਉ, ਹਾਂ ਇੱਕ ਜਣਾ ਹੀ ਰਹਿ ਪਉ। ਦੱਸ ਕੀ ਅਸੀਂ ਤੇ ਤੈਨੂੰ ਆਖਿਆ, ਚੱਲ ਮੈਨੂੰ ਛੱਡ ਆਉਂਦੇ ਆ ਨਾ, ਤੇ ਤੈਨੂੰ ਦੋਹਰੇ ਆਣ ਕੇ ਲੈ ਜਾਣਗੇ, ਦੋ ਸਵਾਰੀਆਂ ਅੰਕਲ ਕੋ ਚੜਾਈਆਂ ਲਿਆਣੀਆਂ ਮੋਟਰਸਾਈਕਲ ਤੇ। ਸਾਡੇ ਆਉਂਦੇ ਨੂੰ ਤੇਰੇ ਆਉਂਦੇ ਨੂੰ ਮੁੜ ਕੇ ਤਿਆਰ ਹੋ ਜਾ, ਮੈਂ ਪੱਠੇ ਪੁੱਠੇ ਪਾ ਕੇ ਮੁੜ ਕੇ ਆ ਜਾ। ਆਹੋ ਤੂੰ ਆਪਣਾ ਬੈਗ ਤਿਆਰ ਕਰ, ਹਫਤਾ ਰੱਖਣਾ ਹੁਣ, ਇੱਕ ਦੋ ਦਿਨ ਨਹੀਂ ਰੱਖਣਾ। ਕਿੰਨਾ ਕੁ ਦੂਰ ਵਾ? ਮੈਂ ਕਿਹਾ 13-14 ਕਿਲੋਮੀਟਰ ਸਾਰਾ ਹੈਗਾ ਵਾ। ਹਾਂਜੀ ਹੈ ਜੀ, ਇੰਨਾ ਕੀ ਆ। ਕੋਈ ਨਹੀਂ, ਤੁਸੀਂ ਲੈ ਜਾਓ ਕੁੜੀ ਨੂੰ ਆਣ ਕੇ, ਫੇਰ ਕੀ, ਠੰਡਾ ਹੋ ਗਿਆ ਵਾ। ਤੂੰ ਆਪਣਾ ਬੈਗ ਤਿਆਰ ਕਰ, ਤਿਆਰੀ ਕਰ ਮੇਰਾ, ਚਲੋ ਕੋਈ ਨਹੀਂ, ਹਾਂ ਦੁਬਾਰਾ ਚਲ ਮੁੜ ਕੇ ਆ ਜਾਊਗਾ, ਲੈ ਜਾਂਦੇ ਕੋਈ ਨਹੀਂ ਆਣ ਕੇ। ਵਾਹਿਗੁਰੂ ਜੀ, ਤੁਸੀਂ ਰਹਿ ਹੀ ਪਿੰਡ ਚਾ ਤੋਰੀ ਪਏ ਤੁਸੀਂ ਤੇ, ਉਹ ਤਾਂ ਹੁਣ ਤੇ ਸ਼ਾਮਾਂ ਪੈ ਗਈਆਂ ਵਾ, ਤੇ ਹੁਣ ਚੱਲੀਏ, ਹੁਣ ਜਾ ਕੇ ਵੇਖੀਏ ਮਾਲ ਡੰਗਰ ਵੀ ਵੇਖਣਾ ਵਾ। ਆ ਮਾਲ ਡੰਗਰ ਤੇ ਉੱਥੇ ਬੱਚਾ ਹੋਣਾ ਹੋਗਾ, ਨਹੀਂ ਬੱਚਾ ਹੈਗਾ, ਉਹਨੂੰ ਗਾਂ ਪਿਛਾਣੇ ਕਰ ਰਹਾ ਨਾ, ਪੱਠੇ ਨਹੀਂ ਪਾਉਣੇ ਪੁੱਤ। ਕਿੱਥੇ ਗਿਆ ਰਕਬੀਰ, ਕਿੱਥੇ ਚੱਲ ਗਿਆ? ਉਹੀ ਮਾਲ ਡੰਗਰ ਆਪਣਾ, ਉਹਨਾਂ ਨੇ ਵੇਖਣ ਡਿਆ ਵਾ ਤੇ ਸਾਨੂੰ ਆਂਦੇ ਬਹਿ ਜਾਓ। ਚਲੋ ਕੋਈ ਨਹੀਂ, ਚੰਗਾ, ਉੱਥੇ ਰਕਬੀਰ ਨੂੰ ਮਿਲ ਲੈਨੇ ਬਾਹਰ, ਕੋਈ ਨਹੀਂ, ਚੰਗਾ ਚੰਗਾ, ਫੇਰ ਆਇਓ ਹੈ, ਚੰਗਾ ਜੀ, ਮੈਂ ਤਿਆਰ ਨਹੀਂ ਰਹਿ ਪੈਂਦੇ ਤੁਸੀਂ, ਕੋਈ ਨਹੀਂ ਤੂੰ ਤਿਆਰ ਹੋ ਪੁੱਤ, ਤਿਆਰ ਹੋ, ਚੱਲ ਠੀਕ ਲੈ ਜਾਂਦੇ। ਚਲੋ ਠੀਕ ਆ ਫਿਰ, ਚਲੋ ਉਹ ਮਨਜੋਤ ਵੀ ਆ ਗਿਆ, ਚੱਲ ਚੰਗਾ ਮਿਲ ਲੈਨੇ ਸਗੋਂ, ਬਹਿਣਾ ਹੀ 10 ਮਿੰਟ ਹੋਰ, ਹੁਣ ਹਨੇਰਾ ਹੋ ਗਿਆ ਪੁੱਤ, ਚੱਲੀਏ, ਚੱਲੀਏ, ਸ਼ਾਮ ਤੇ ਪੈ ਹੀ ਗਈਆਂ ਵਾ ਹੁਣ। ਵਾਵਾ ਜੀ, ਤੂੰ ਤੇ ਅੰਦਰੋਂ ਨਹੀਂ ਨਿਕਲਿਆ, ਤੇ ਮੈਂ ਸਿਆਣੇ ਬੰਦੇ ਗੱਲਾਂ ਮਾਰਦੇ ਕੀ ਬਹਿਣਾ ਵਿੱਚ, ਤੂੰ ਤੇ ਕੁੜੀਆਂ ਵਾਂਗੂ ਸ਼ਰਮਾਉਂਦਾ ਹੀ ਬੜਾ ਲੱਗਦਾ, ਸੁਭਾਅ ਹੀ ਇਦਾਂ ਦਾ। ਅੱਛਾ ਚਲੋ ਕੋਈ ਨਹੀਂ, ਇਦਾਂ ਹੀ ਚਾਹੀਦਾ ਵਾ, ਝਾਕਾ ਵੀ ਚਾਹੀਦਾ ਆ ਕੇ, ਚੰਗਾ ਤੁਹਾਡੇ ਵਾਸਤੇ, ਚੰਗਾ ਵਾ ਕਿ ਸੁਭਾਅ ਇਦਾਂ ਦਾ, ਖੁਸ਼ ਰਹੋਗੀ। ਚਲੋ ਕੋਈ ਨਹੀਂ, ਚਲੋ ਮਾਲਕ ਚੰਗਾ ਮੱਥਾ ਲਾਵੇ, ਬਿਲਕੁਲ ਬਿਲਕੁਲ, ਸਭ ਕੁਝ ਚੰਗਾ ਵਾ, ਕਰਨਾ ਸਭ ਕੋ ਮਾਲਕ ਨੇ ਆ ਕੇ, ਅਸੀਂ ਕੌਣ ਹੁੰਦੇ ਆ। ਚੰਗਾ ਭੈਣ ਜੀ, ਚਲ ਠੀਕ ਆ ਫਿਰ, ਚੰਗਾ ਜੀ, ਚੰਗਾ ਚੰਗਾ ਪੁੱਤਰ। ਸੁੱਖ ਤੇ ਬੜੀ ਜਿੱਦ ਕਰੀ ਜਾਂਦੀ, ਆਹੋ ਨਿਆਣਿਆਂ ਵਾਂਗੂ ਕਰਦੀ, ਮੇਰੇ ਤੇ ਆਪ ਹੋਰ ਤਰ੍ਹਾਂ ਹੁੰਦਾ। ਚੱਲ ਕੋਈ ਨੀ, ਨਹੀਂ ਪਰੌਣੇ ਦਾ ਕਿਹੜਾ ਬੜਾ ਜਾਣਦਾ, ਹੁਣ ਜਾਣਦਾ ਇਹ ਆ
ਵੀ ਮਾਲ ਡੰਗਰ ਜਿੱਥੇ ਜਿੱਥੇ ਵੱਜਾ ਉੱਥੇ ਉੱਥੇ ਹੀ ਵੱਜਾ ਵਾ। ਉਹ ਤਾਂ ਚਲੋ ਠੀਕ ਆ, ਪਰ ਇਹ ਸਾਡੇ ਪੁਰਾਣੇ ਘਰਦਿਆਂ ਉਂਝ ਹੀ ਸ਼ਰਮ ਆਉਂਦੀ ਆ। ਆਹ ਹੈਗਾ 14 ਕਿਲੋਮੀਟਰ ਸਾਰਾ ਮੋਟਰਸਾਈਕਲ ਤੇ ਚੱਟਾ ਹੀ ਚੱਲ ਜਾਂਦਾ। ਇੱਕ ਦਿਨ ਗਰਜੋਤ ਨੂੰ ਕਹਿਣ ਡੇ ਸੀ ਇਦਾਂ ਬੰਨ ਇਦਾਂ ਬੰਨ, ਪਰ ਨਿਆਣਾ ਨਾ ਜੇ ਸੂਤਰ ਨਹੀਂ ਆਉਂਦੇ ਡੰਗਰ ਉਹਦੇ ਕੋਲ। ਹਾਂਜੀ ਇਹ ਤੇ ਹੈ ਹੀ ਆ। ਆਇਓ ਮਾਰੇ ਚੱਕਰ ਤੁਸੀਂ ਵੀ। ਕੋਈ ਨਹੀਂ ਮਾਰਾਂਗੇ, ਝੋਨਾ ਝੋਨਾ ਲੱਗ ਜਾਂਦਾ ਨਾ, ਸੁਬਹ ਨਹੀਂ ਮਾਰਾਂਗੇ। ਚਲੋ ਠੀਕ ਆ ਆਜਿਓ। ਚਲੋ ਠੀਕ ਆ ਜੀ, ਚੰਗਾ ਚੰਗਾ ਜੀ, ਚੰਗਾ ਓਕੇ ਜੀ। ਮੈਨੂੰ ਇਹ ਦੱਸ, ਜਿਹੜਾ ਆਵੇ ਉਹਦੇ ਨਾਲ ਹੀ ਤੁਰ ਪਈਦਾ ਹੁੰਦਾ ਵਾ? ਮੁੜ ਮੁੜ ਕੇ ਉਹ ਗੱਲ, ਮੈਂ ਚੱਲੀ ਮੈਂ ਨਾਲ ਜਾਣਾ ਮੰਮੀ, ਮੈਂ ਨਾਲ ਜਾਣਾ ਮੰਮੀ। ਸੱਚੀ ਗੱਲ, ਇਹਨੂੰ ਤਾਂ ਮਸਾਂ ਗੱਲ ਨੀ ਹੈਗੀ। ਤਾਂ ਤੈਨੂੰ ਕਿਹੜੀ ਹੈਗੀ ਅਕਲ? ਕਿਉਂ ਤੂੰ ਵੀ ਉਹਨਾਂ ਨੂੰ ਆਖੀ ਗਈ ਹੈ ਰਿਸ਼ਤਾ ਕਰਨਾ, ਇਹ ਰਿਸ਼ਤਾ ਕਰਨ ਆਏ ਆ? ਨਹੀਂ ਜਿਸ ਤਰ੍ਹਾਂ ਅਸੀਂ ਗਏ ਸੀ ਚੁੱਪ ਕਰਕੇ, ਉਤਰਾ ਹੀ ਚੁੱਪ ਕਰਕੇ ਨਿਗਾਹ ਰੱਖੇ ਆਇਆ ਸੀ ਫੋਨ ਇਹਨੂੰ, ਮੈਂ ਕੀ ਦੱਸਦੀ? ਦੱਸ ਹੁਣ ਇਹਦਾ ਫੋਨ ਹੀ ਆਪਣੀ, ਇੱਕ ਮਿੰਟ ਰੇਕ, ਇਹਦਾ ਇਲਾਜ ਮੈਂ ਕਰਦਾ ਹੁਣ। ਤੂੰ ਫੜਾ ਦਾ ਇੱਕ ਮਿੰਟ ਪਰੇ, ਤੂੰ ਫੜਾ ਦਾ ਫੋਨ ਦੱਸ ਮੈਨੂੰ, ਵੱਢ ਦੇਣਾ, ਟੁੱਕ ਦੇਣਾ, ਮਾਰ ਦੇਣਾ, ਇਹੀ ਗੱਲਾਂ ਕਰਦੇ ਰਹਿੰਦੇ ਤੁਸੀਂ। ਫੋਨ ਕਿੱਥੇ ਤੇਰਾ? ਅੰਦਰ ਪਿਆ ਵਾ। ਕਿਹਦਾ ਫੋਨ ਹੁੰਦਾ? ਕਿਦਾਂ ਨਹੀਂ ਦੱਸਿਆ? ਨਹੀਂ ਹੁੰਦਾ, ਨਹੀਂ ਹੁੰਦਾ ਵੀਰ, ਕਿਦਾਂ ਵੀ ਚਪੇੜਾ ਨਾ, ਚਪੇੜਾ ਨਾ ਕੀ ਬਣਦਾ? ਮੈਂ ਦਾਤਰ ਮਾਰਨਾ। ਦੱਸ ਕਿਹੜਾ ਨੰਬਰ ਆ, ਦੱਸ ਛੇਤੀ ਦੱਸ। ਚੜਤਾ ਨਾ ਚੰਦ, ਜਿਹੜਾ ਤੈਨੂੰ ਮੈਂ ਕਾਲਜ ਕਲਾਉਣੀ, ਤੈਨੂੰ ਪੜ੍ਹਨ ਕਲਾਉਣੀ, ਕਿ ਤੈਨੂੰ ਮੈਂ ਇਹ ਕੰਮ ਕਲਾਉਣੀ ਆ ਵੀ ਮਨ ਸਵੰਨੇ ਤੈਨੂੰ ਫੋਨ ਆਉਣ ਤਾਂ ਤੈਨੂੰ ਹਿੱਤ ਨਾ ਹੋਵੇ। ਔਰ ਪਤਾ ਤੈਨੂੰ ਆਪਣੇ ਆਪ ਨੰਬਰ ਦਿੱਤਾ ਤਾਂ ਫੋਨ ਆਇਆ, ਨੰਬਰ ਲੱਭ ਐਡਾ ਲੱਭੋ ਜਿੱਦਾਂ ਲੱਭਦਾ ਨੂੰ ਤੋਰੋ, ਤੁਸੀਂ ਲੱਭਣਾ ਹੁਣ ਲੱਭੋਗੇ ਤਾਂ ਫੇਰ ਹੀ ਆ ਨਾ। ਮੇਰਾ ਪਹਿਲਾਂ ਫਾਹ ਵੱਢ ਗਿਆ ਤਾਂ ਮੁੜ ਕੇ ਵੱਢ ਲਾਂਗੇ, ਕੋਈ ਗੱਲ ਨੀ। ਮੇਰਾ ਹੋ ਗਿਆ, ਮੇਰੀ ਬੇਇੱਜ਼ਤੀ ਹੋ ਗਈ ਜੀ। ਸਾਰੇ ਪਿੰਡ ਸੁਧੂ ਕਰਾਓ ਮੁੜ ਕੇ। ਚਲੋ ਵੇਖ ਲੋ ਕਰੋ ਫੇਰ ਜਿਸ ਤਰ੍ਹਾਂ ਤੁਸੀਂ ਕਰਨਾ ਪੁੱਤ, ਮੈਂ ਥੋੜਾ ਜਾਣਾ ਕਿਤੇ। ਮੈਂ ਨਹੀਂ ਹਜੇ ਕਰਾਉਣਾ, ਪਹਿਲਾਂ ਇਹ ਤਾਂ ਕਰੋ। ਚੁੱਪ ਕਰ ਜਾ, ਸ਼ੁਗਰ ਕਰ, ਇੰਨੇ ਚ ਸਰ ਗਿਆ।
ਨਾ ਵੀ ਨਾ ਚੇਤਾ ਹੋਇਆ ਮਾਰਨ ਦਾ, ਤੂੰ ਦਾਦੇ ਨਾਲ ਇਹਨੂੰ ਮਾਰ ਦੋ, ਇਹਨੂੰ ਏਦਾਂ ਕਰ ਦੋ ਜਿੱਦਾਂ ਕਰ ਦੋ ਇਹਨੂੰ। ਮੈਨੂੰ ਵੀ ਲੋੜ ਤੈਨੂੰ ਮਰਵਾਉਣ ਦੀ, ਮੈਂ ਤੇਰਾ ਕੀ ਸਾਂਭਣਾ, ਤੇਰੇ ਨਾਂ ਤੇ ਕਿਹੜੀ ਜ਼ਮੀਨ ਲੱਗੀ ਆ ਜਿਹੜੀ ਮੈਂ ਸਾਂਭਣੀ ਆ। ਚੰਗਾ ਭੈਣਾ ਨਹੀਂ ਚੁੱਪ ਕਰਾਉਂਦੀ ਤੈਨੂੰ ਮੈਂ, ਆਹੋ ਮੈਨੂੰ ਗਲਤ ਲੱਗਦੀ ਦੱਸੋ ਮੈਨੂੰ ਮੈਨੂੰ ਹੈ ਅੱਗ ਤੇ ਭਾਬੀ ਨੇ ਵੀ ਨੀ ਲਾਉਣੀ ਘੱਟ ਕੀਤੀ ਉਹ ਤੋਂ। ਨਹੀਂ ਤੂੰ ਹੀ ਸ਼ਰਮ ਕਰਦੀ ਹੋ ਕੋਈ, ਤੂੰ ਮੁੰਡਿਆਂ ਨੂੰ ਦੱਸਦੀ ਜੇ ਤੈਨੂੰ ਕੋਈ ਫੋਨ ਕਰਦਾ ਸੀ, ਤੈਨੂੰ ਕੋਈ ਤੰਗ ਕਰਦਾ ਸੀ ਤਾਂ ਤੂੰ ਆਣ ਕੇ ਘਰ ਗੱਲ ਆਪਣੇ ਭਰਾਵਾਂ ਨਾਲ ਕਰਦੀ, ਤੈਨੂੰ ਨੀ ਆਪਣੇ ਭਰਾਵਾਂ ਦਾ ਪਤਾ। ਮੰਮੀ ਉਹ ਕਿਹੜੀ ਸੁਣਦੇ ਆ, ਪਹਿਲਾਂ ਤਾਂ ਮਾਰਨ ਡੈ ਪੈਂਦੇ ਅਗਲੇ। ਤਾਂ ਤੂੰ ਮੇਰੇ ਨਾਲ ਗੱਲ ਕਰਦੀ ਹੋ ਵੀ ਮੰਮੀ ਆਹ ਗੱਲ ਵਾ, ਤਾਂ ਤੂੰ ਵੀ ਚੁੱਪ ਕੀਤੀ ਰਹੀ, ਸਿਰ ਤੇ ਸਵਾਹ ਪਵਾ ਕੇ ਸਾਡੇ ਰੱਖ ਦੇਗੀ। ਵੱਢਣਾ ਉਹ ਆਂਦਾ ਤੇਰਾ ਫਾਇਆ ਪਹਿਲਾਂ ਵੱਢਦੇ ਆ, ਅਸੀਂ ਤਾਂ ਆਖਿਆ ਵੀ ਚੱਲ ਕੁਛ ਬਣਾਵਾਂਗੇ ਤੈਨੂੰ ਪੜਾ ਕੇ, ਸੋਹਣੀ ਕੀਤੀ ਆ। ਮੈਂ ਕੀ ਕੀਤਾ ਮੰਮੀ, ਤੁਸੀਂ ਵੀ ਦੁਆਲੇ ਹੋਈ ਜਾਂਦੇ ਮੇਰੇ, ਦੁਆਲੇ ਨਾ ਹੋਰ ਨਾ ਮੇਰਾ ਵੀ ਸਿਰ ਪਾੜ ਦੇਣਾ ਵਾ। ਅੱਗੇ ਭਾਬੀ ਨੇ ਨੀ ਘੱਟ ਕੀਤੀ, ਹੁਣ ਤੁਸੀਂ ਵੀ ਆਣ ਕੇ ਡੈ ਪਏ ਮੈਨੂੰ। ਜਿਹੜੀ ਗੱਲ ਚੰਗੀ ਹੋਵੇ ਉਹ ਚੰਗੀ ਹੁੰਦੀ ਆ, ਜਿਹੜੀਆਂ ਇਹੋ ਜਿਹੀਆਂ ਗੱਲਾਂ ਤੈਨੂੰ ਪਤਾ ਹੈਗਾ ਵਾ ਪਿੰਡ ਚ ਉਹ ਕਿਤੇ ਕਿਸ ਤਰ੍ਹਾਂ ਉਹਨਾਂ ਦੀ ਮੰਨੀ ਦੀ ਆ, ਤੇ ਕੀ ਆਖਣਗੇ ਲੋਕ ਵੀ ਇਹਦੀ ਭੈਣ ਏਦਾਂ ਦੀ ਆ। ਰੋ ਕੇ ਸੱਚੀ ਹੁੰਦੀ ਆ, ਤੂੰ ਕਿਸੇ ਨਾਲ ਗੱਲ ਹੀ ਕਰਦੀ ਹੋ। ਹੁਣ ਲੈ ਜੀ ਫੋਨ ਤੇ ਨਾਲੇ ਤੈਨੂੰ ਕਰ ਲਵਾਂਗੇ। ਮਾਤਾ ਸਾਡੀ ਦੇ ਕੰਮ ਵੇਲਾ ਕਿਤੇ ਹੱਥੋਂ ਫੋਨ ਨਹੀਂ ਛੱਡਦੀ, ਜੇ ਕਿਤੇ ਇਹਨੂੰ ਰੋਂਗ ਨੰਬਰ ਫੋਨ ਆ ਗਿਆ ਤੇ ਇਹ ਕਿੱਦਾਂ ਦੱਸੂ ਆਪਣੇ ਮੁੰਡਿਆਂ ਨੂੰ, ਭਾਵੇਂ ਇਹਦੇ ਦੁਆਲੇ ਵੀ ਹੋ ਜਾਣ, ਕਿੱਦਾਂ ਚੁੱਪ ਕਰਾਉਣ ਦੀ, ਤੇ ਮੇਰੇ ਤੇ ਐਵੇਂ ਝੂਠਾ ਇਲਜ਼ਾਮ ਹੀ। ਅਹ ਤੂੰ ਲੁੱਚ ਗੁੱਡੂਚੀਆਂ ਮਾਰਦੀ, ਦੱਸ ਮੈਂ ਕਿੱਧਰੋਂ ਲੁੱਚ ਗੁੱਡੂਚੀਆਂ ਮਾਰਦੀ ਆ। ਮੈਂ ਵੀ ਜਿੰਨਾ ਮਰਜ਼ੀ ਕਰ ਲਓ, ਮੈਨੂੰ ਫਿਰ ਇਹੋ ਗੱਲ ਸੁਣਨ ਨੂੰ ਮਿਲਦੀ ਆ ਨਾ, ਬਗਾਨੀ ਆ ਬਗਾਨੀ ਆ, ਜਿੰਨੇ ਮਰਜ਼ੀ ਇਹਨਾਂ ਦੇ ਘਰ ਫੈਸਲੇ ਹੋਣ, ਮੈਂ ਵੀ ਨਹੀਂ ਇਹਨਾਂ ਦੇ ਘਰ ਬੋਲਿਆ ਕਰਨਾ, ਭਾਵੇਂ ਮੈਨੂੰ ਮੰਨੇ ਦਾ ਰਿਸ਼ਤਾ ਹੋਵੇ ਭਾਵੇਂ ਸੁੱਖ ਦਾ ਰਿਸ਼ਤਾ ਹੋਵੇ, ਫਿਰ ਆਪੇ ਪਤਾ ਲੱਗ ਜੂ ਬਗਾਨੀ ਹੁੰਦੀ ਕੀ ਆ। ਫਿਰ ਕਹਿਣਾ ਗਾਹ ਨੀ ਹੋਈ ਤੁਹਾਨੂੰ ਸਾੜਾ ਪੈ ਗਿਆ, ਫਿਰ ਆਹ ਇਲਜ਼ਾਮ ਲਾ ਦਿੰਦੀਆਂ ਵਾ, ਤੇ ਕਸੂਰ ਸਾਰਾ ਆਪਣੀ ਕੁੜੀ ਦਾ ਹੀ ਹੋ, ਤੇ ਨਾ ਮੇਰਾ ਲਾਤਾ, ਫਿਰ ਉਹਦਾ ਸਿਰ ਪਲੋਸਣ ਡੀ, ਤੇ ਮੈਂ ਫਿਰ ਬੁਰੀ। ਤੇ ਜਿਹੜਾ ਫੋਨ ਫੜਿਆ ਹੁਣ ਤੇਰੀ ਗੁੱਲੀ ਜੀ ਦਿਨ ਰਾਤ ਆਪਣੀਆਂ ਭੈਣਾਂ ਨੂੰ ਫੋਨ ਲਾ ਛੱਡਦੀ, ਬੋਲੀ ਭਾਵੇਂ ਹੋ ਜੇ। ਭਾਬੀ ਦਾ ਫੋਨ ਵੀ ਡਾਉਣ ਪਿਆ ਜੀ, ਤੇ ਮੁੜ ਕੇ ਰੌਲਾ ਪਾਉਣ ਡੈ ਪੈਣਾ।
ਮੇਰਾ ਫੋਨ ਡਾਊਨ ਕਰਤਾ, ਚਾਰਜ ਆਪ ਨਹੀਂ ਲਾਉਂਦੀ। ਆ ਸੁੱਖ ਦਾ ਫੋਨ ਆ, ਲਾਓ ਕੀ ਹੋਊਗਾ, ਹੈ ਕਿੱਥੇ ਆ ਸੁੱਖ? ਜੋਤਵੀਰ ਅੰਦਰ ਹੀ ਆ, ਪੁੱਛਾਂ ਕਰਾਂ ਗੱਲ ਇਹਦੇ ਨਾਲ ਕੋਈ ਕਿ ਨਹੀਂ। ਮੈਨੂੰ ਫਿਰ ਇਹਨੇ ਵੱਢਣ ਟੁੱਕਣ ਤੱਕ ਹੀ ਜਾਣਾ, ਕੀ ਗੱਲ ਕਰਨੀ ਆ, ਰਹਿ ਨਹੀਂ ਦੀ। ਸੁੱਖ ਤੈਨੂੰ ਆਵਾਜ਼ ਨਹੀਂ ਸੁਣਦੀ? ਆਈ ਵੀਰ, ਕੰਨਾਂ ਦੇ ਰੂੰ ਲਿਆ, ਇਹ ਜਾਂ ਲਓ ਕੀ ਆ? ਕਿਹਦਾ ਵੀਰ? ਤੇਰੇ ਫੋਨ ਦਾ ਕੀ ਕਰਨਾ ਵੀਰ? ਇਹਨੂੰ ਲੋਕ ਨੂੰ ਪਹਿਲੀ ਗੱਲ ਤੇ ਲੋਕ ਲਾਇਆ ਕਿਉਂ ਇਹਨੂੰ ਵੀਰ? ਲੋਕ ਤੇ ਓਦਾਂ ਹੀ ਲੱਗਾ ਵਾ। ਓਦਾਂ ਕਿਤੇ ਲੱਗ ਗਿਆ, ਕੰਪਨੀ ਨੂੰ ਲੱਗਾ? ਨਹੀਂ, ਆਪੇ ਲਾਇਆ ਸੀ ਮੈਂ। ਲੋਕ ਲਾਉਣਾ ਜ਼ਰੂਰੀ ਹੁੰਦਾ ਵਾ? ਖੋਲ ਇਹਨੂੰ ਵੀਰ, ਤੂੰ ਹਜੇ ਵੀ ਮੇਰੇ ਤੇ ਸ਼ੱਕ ਕਰਨ ਡਿਆ ਵਾ। ਅੱਛਾ, ਤੇਰੇ ਸ਼ੱਕ ਨਾ ਕਰਾਂ, ਤੇਰਾ ਤੇ ਰਾਤ ਗਈ ਤੇ ਬਾਤ ਗਈ, ਤੇ ਗੱਲ ਐਵੇਂ ਹੀ ਆ, ਇਹ ਨਿੱਕੀ ਮੋਟੀ ਗੱਲ ਹੋ ਗਈ। ਚੱਲ ਜਾ ਵੀਰ ਕਾਲਜ, ਮੈਂ ਐਡੀ ਛੇਤੀ ਚੱਲ ਵੀ ਜਾ ਕਾਲਜ, ਇਹ ਕੱਲ ਗੱਲ ਹੋਈ ਆ। ਨਹੀਂ ਵੀਰ, ਇਦਾਂ ਦੀ ਕੋਈ ਵੀ ਗੱਲ ਤੁਸੀਂ ਜਾਣ ਕੇ ਮੇਰੇ ਤੇ ਸ਼ੱਕ ਕਰਨ ਡਏ? ਪਹਿਲਾਂ ਪੂਰੀ ਪੌਣ ਸਣ ਕਰਨੀ ਆ, ਫੋਨ ਕਿਹਦਾ ਵਾ, ਤੇ ਫੇਰ ਵੇਖਾਂਗੇ ਕਾਲਜ ਜਾਣਾ ਕਿ ਨਹੀਂ ਜਾਣਾ। ਤੁਹਾਨੂੰ ਮੈਂ ਦੱਸਿਆ ਸੀ ਰੋਂਗ ਨੰਬਰ ਹੀ ਆ। ਪਹਿਲਾਂ ਦੱਸਿਆ ਨਹੀਂ, ਜਦੋਂ ਪੁੱਛਿਆ ਉਦੋਂ ਤੁਹਾਨੂੰ ਦੱਸਣਾ ਸੀ? ਮੈਂ ਤੁਹਾਡੇ ਤੋਂ ਡਰਦੀ ਨੇ ਨਹੀਂ ਦੱਸਿਆ। ਇੰਨਾ ਡਰੀ ਤੈਨੂੰ ਇੱਥੇ? ਲਓ ਖੋਲ ਪਹਿਲਾਂ ਫੜਾ ਦਾ। ਲੋਕ ਤੇ ਸਿੰਪਲ ਹੀ ਆ, ਜਾਣਨ ਦੋ ਵੀਰ। ਬਹੁਤ ਹੀ ਪੜ੍ਹਾਈ ਪਿੱਛੇ ਪੈ ਲਈ, ਡੀਸੀ ਨਹੀਂ ਲੱਗਣਾ ਤੂੰ। ਤੁਸੀਂ ਜਾਣ ਕੇ ਸਾਰਾ ਟੱਬਰ ਮੇਰੇ ਨਾਲ ਕੋਈ ਵੀ ਨਹੀਂ ਚੱਜ ਸਵਾਦ ਨਾਲ ਬੋਲਣ ਡਿਆ, ਸਾਰੇ ਮੇਰੇ ਨਾਲ ਔਖੇ ਹੋਈ ਜਾਣ ਡੇ। ਤੈਨੂੰ ਲਾਡਾ ਨਾ ਪਾਲਿਆ, ਵੱਡੀ ਕੀਤਾ ਵਾ, ਮਾਰਨ ਨੇ ਨਹੀਂ ਕੀਤਾ। ਮੰਮੀ ਤੇ ਮੰਮੀ ਵੀ ਦਵਾਲੇ ਹੋਣ ਡੇ, ਤੂੰ ਕੰਮ ਹੀ ਇਦਾਂ ਦੇ ਕਰਨੇ ਨੇ, ਫਿਰ ਮਾਰਨਾ ਹੀ ਆ। ਤਾਂ ਲੋਕੀ ਧੀਆਂ ਜਮਾਂ ਤੋਂ ਡਰਦੇ ਆ, ਹੋਰ ਕੋਈ ਦੁੱਖ ਨਹੀਂ ਧੀਆਂ ਦਾ, ਬਸ ਬਦਨਾਮੀ ਨੂੰ ਡਰ ਆਉਂਦਾ ਵਾ। ਜਾ ਲੈਂਦੇ ਹਾਂ ਵੀਰ। ਤੈਨੂੰ ਕਿਹਾ ਚੁੱਪ ਕਰ ਜਾ, ਤੈਨੂੰ ਮਿੰਟ ਚ ਪਹੁੰਚਣ ਹੋ ਗਈ ਸਾਰੀ, ਇਦੋਂ ਫੋਨ ਖੋਲਿਆ ਹੀ ਆ। ਕੀ ਫੋਨ ਸਾਨ ਕਰਨੀ, ਕੁਛ ਨਹੀਂ ਆ ਵਿੱਚ। ਤੈਨੂੰ ਡਰ ਕਾਹਦਾ, ਜਿਹੜੀ ਕਹਾਣੀ ਕੁਛ ਤੇਰਾ ਕੋਈ ਮੂੰਹ ਉਤਰਿਆ ਵਾ? ਨਹੀਂ ਡਰੀ ਨਹੀਂ ਆ ਮੈਂ। ਡਰੀ ਨਹੀਂ ਆ ਤੂੰ? ਆਹ ਫੋਨ ਲੱਗੀ ਦੀ ਹੈ ਕਿਹੜੀ ਵੀਰ? ਮੇਰੇ ਫੋਨ ਚ ਤੇ ਬਸ ਤੁਹਾਡੀਆਂ ਫੋਟੋਆਂ ਵਾ, ਭਾਬੀ ਹੁਣਾਂ ਦੀਆਂ ਵਾ ਜਾਂ ਮੇਰੀਆਂ ਆਪਣੀਆਂ ਵਾ। ਆਹ ਫੋਟੋ ਤੇ ਮੇਰੀ ਪਛਾਣ ਚ ਨਹੀਂ ਕਿਹੜੀ ਵੀਰ।